ਸੱਚੀ ਗੱਲ ਪੰਜਾਬੀ ਮੀਡੀਅਮ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਇੰਸ ਦਾ ਜਿਹੜਾ ਕਿ 6ਵੀਂ ਕਲਾਸ ਦੇ ਆਪਾਂ ਲੈਕਚਰ ਸੀਰੀ ਚੱਲ ਰਹੀ ਹੈ ਉਸ ਦੇ ਵਿੱਚ ਅੱਜ ਆਪਣਾ ਦੂਸਰਾ ਲੈਕਚਰ ਹੈ ਤੇ ਉਸ ਦੇ ਵਿੱਚ ਆਪਾਂ ਦੂਜਾ ਚੈਪਟਰ ਜਿਹੜਾ ਕਿ ਕੰਪੋਨੈਂਟਸ ਆਫ ਫੂਡ ਹੈ ਇਸ ਦੀ ਗੱਲ ਕਰਾਂਗੇ ਇਸ ਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਇਹਨਾਂ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖ-ਵੱਖਰਾ ਖਾਣਾ ਮਿਲਦਾ ਜਿਵੇਂ ਕਿ ਪੰਜਾਬ ਦੇ ਵਿੱਚ ਰੋਟੀ ਦਾਲ ਦਹੀਂ ਤੇ ਸਲਾਦ ਇਸ ਤਰ੍ਹਾਂ ਦੇ ਫੂਡ ਮਿਲਦਾ ਹੈ ਤੇ ਇਸੇ ਤਰ੍ਹਾਂ ਜਿਵੇਂ ਆਂਧਰਾ ਪ੍ਰਦੇਸ਼ ਦੇ ਵਿੱਚ ਰਾਈ ਸਤੁਰ ਦਾਲ ਤੇ ਬਟਰ ਮਿਲਕ ghee ਅਜਿਹਾ ਕੁਝ ਮਿਲਦਾ ਹੈ ਮਤਲਬ ਕਿ ਦੇਸ਼ ਦੇ ਵੱਖੋ ਵੱਖਰੇ ਹਿੱਸਿਆਂ ਦੇ ਵਿੱਚ ਵੱਖੋ ਵੱਖਰਾ ਖਾਣਾ ਖਾਦਾ ਜਾਂਦਾ ਹੈ ਤੇ ਇਸੇ ਤਰ੍ਹਾਂ ਜਿੰਨਾਂ ਦਾ ਪਹਿਲੀ ਐਕਟੀਵਿਟੀ ਦੇ ਵਿੱਚ ਇਹ ਗੱਲ ਕੀਤੀ ਗਈ ਹੈ ਕਿ ਜਿਹਨੇ ਜਿਹੜੇ ਫਿਜ਼ੀਕਲ ਵਰਕ ਜ਼ਿਆਦਾ ਕਰਦੇ ਹਨ ਜਾਂ ਫਿਰ ਮੈਂਟਰਲ ਵਰਕ ਜ਼ਿਆਦਾ ਕਰਦੇ ਹਨ ਉਹਨਾਂ ਦੇ ਲਈ ਵੱਖੋ ਵੱਖਰਾ ਖਾਣਾ ਹੁੰਦਾ ਹੈ ਤੇ ਇਸ ਤੋਂ ਬਾਅਦ 2.1 ਦੇ ਵਿੱਚ ਇਹਨਾਂ ਨੇ ਕਿਹਾ ਕਿ ਜਿਹੜੇ ਖਾਣਾ ਹੁੰਦਾ ਇਸ ਦੇ ਵਿੱਚ ਵੱਖੋ ਵੱਖਰੇ ਤੱਤਾਂ ਹੁੰਦੀਆਂ ਹਨ ਵੱਖੋ ਵੱਖਰੇ ਤੱਤ ਹੁੰਦੇ ਹਨ ਤੇ ਉਹਨਾਂ ਦੇ ਉਹਨਾਂ ਨੂੰ ਆਪਾਂ ਨਿਊਟ੍ਰੀਐਂਟਸ ਕਹਿੰਦੇ ਆ ਤੇ ਨਿਊਟ੍ਰੀਐਂਟਸ ਕਿਹੜੇ ਕਿਹੜੇ ਪ੍ਰਕਾਰ ਦੇ ਹੁੰਦੇ ਹਨ ਜਿਵੇਂ ਕਿ ਕਾਰਬੋਹਾਈਡਰੇਟਸ ਪ੍ਰੋਟੀਨਸ ਤੇ ਫੈਟਸ ਇਸ ਤੋਂ ਬਿਨਾ ਫੂਡ ਦੇ ਵਿੱਚ ਵਿਟਾਮਿਨ ਤੇ ਮਿਨਰਲਸ ਵੀ ਹੁੰਦੇ ਹਨ ਤੇ ਇਸ ਦੇ ਬਾਅਦ ਇਹਨਾਂ ਨੇ ਗੱਲ ਕੀਤੀ ਹੈ ਕਿ ਆਪਾਂ ਕਿਵੇਂ ਪਤਾ ਕਰੀਏ ਕਿ ਕਿਸ ਖਾਣੇ ਦੇ ਵਿੱਚ ਕਾਰਬੋਹਾਈਡਰੇਟਸ ਪ੍ਰੋਟੀਨਸ ਜਾਂ ਫੈਟਸ ਹਨ ਉਸ ਦੇ ਲਈ ਆਪਾਂ ਕੁਝ ਖਾਸ ਟੈਸਟ ਕਰਾਂਗੇ ਤੇ ਉਹ ਟੈਸਟ ਕਰਨ ਦੇ ਲਈ ਆਪਾਂ ਨੂੰ ਸਭ ਤੋਂ ਪਹਿਲਾਂ ਤਿੰਨ ਚੀਜ਼ਾਂ ਚਾਹੀਦੀਆਂ ਨੇ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਤਿੰਨ ਤਰ੍ਹਾਂ ਦੇ ਸੋਲੂਸ਼ਨ ਚਾਹੀਦੇ ਨੇ ਆਇਓਡੀਨ ਕਾਪਰ ਸਲਫੇਟ ਐਂਡ ਕਾਉਸਟਿਕ ਸੋਡਾ ਇਹ ਇਹ ਜਿਹੜੀ ਤਿੰਨ ਤਰ੍ਹਾਂ ਦੀ ਤਿੰਨੇ ਤਰ੍ਹਾਂ ਦੇ ਸੋਲੂਸ਼ਨ ਨੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਅਰੇਂਜ ਕਰਨੇ ਪੈਣਗੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਸੋਲੂਸ਼ਨ ਨੇ ਅਲੱਗ-ਅਲੱਗ ਟੈਸਟ ਦੇ ਵਿੱਚ ਅਲੱਗ-ਅਲੱਗ ਵਰਤੇ ਜਾਣਗੇ ਜਿਵੇਂ ਕਿ ਆਪਾਂ ਸਭ ਤੋਂ ਪਹਿਲਾਂ ਕਾਰਬੋਹਾਈਡਰੇਟਸ ਦਾ ਜਦੋਂ ਆਪਾਂ ਟੈਸਟ ਕਰਾਂਗੇ ਤਾਂ ਕਾਰਬੋਹਾਈਡਰੇਟਸ ਦੇ ਵਿੱਚ ਜਿਹੜਾ ਕਿ ਸਟਾਰਚ ਹੁੰਦਾ ਸਟਾਰਚ ਇਸੇ ਦੀ ਫਾਰਮ ਹੁੰਦੀ ਹੈ ਕਾਰਬੋਹਾਈਡਰੇਟਸ ਕਾਰਬੋਹਾਈਡਰੇਟਸ ਕਿਸੇ ਖਾਣੇ ਦੇ ਵਿੱਚ ਹੈ ਜਾਂ ਨਹੀਂ ਇਸ ਨੂੰ ਪਤਾ ਕਰਨ ਦੇ ਲਈ ਆਪਾਂ ਆਇਓਡੀਨਸ ਦਾ ਸੋਲੂਸ਼ਨ ਯੂਜ਼ ਕਰਦੇ ਆ ਆਪਾਂ ਉਸ ਦੇ ਉੱਪਰ 2-3 ਡ੍ਰੌਪਸ ਨੇ ਜਿਹੜੇ ਆਇਓਡੀਨ ਸੋਲੂਸ਼ਨ ਦੇ ਉਹ ਪਾ ਕੇ ਉਸ ਦਾ ਜੇਕਰ ਰੰਗ ਬਲੂ ਬਲੈਕ ਹੁੰਦਾ ਹੈ ਤਾਂ ਇਸ ਤੋਂ ਆਪਾਂ ਨੂੰ ਉਸ ਦੇ ਵਿੱਚ ਸਟਾਰਚ ਹੋਣ ਦੀ ਪ੍ਰੈਜ਼ੈਂਟ ਹੋਣ ਦਾ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ ਪ੍ਰੋਟੀਨ ਦੀ ਗੱਲ ਕਰੀਏ ਕਿ ਪ੍ਰੋਟੀਨ ਦੇ ਲਈ ਕਿਹੜਾ ਟੈਸਟ ਕੀਤਾ ਜਾਂਦਾ ਤਾਂ ਇਸ ਦੇ ਲਈ ਆਪਾਂ ਨੂੰ ਕਾਪਰ ਸਲਫੇਟ ਤੇ ਕਾਸਟਿਕ ਸੋਡੇ ਦੀ ਲੋਡ ਪੈਂਦੀ ਹੈ ਇਸ ਨੂੰ ਇਹ ਟੈਸਟ ਕਰਨ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜਾ ਖਾਣਾ ਆਪਣੇ ਟੈਸਟ ਕਰਨਾ ਹੈ ਉਸ ਨੂੰ ਉਸ ਨੂੰ ਪਾਊਡਰ ਫਾਰਮ ਜਾਂ ਫਿਰ ਪੇਸਟ ਦੀ ਫਾਰਮ ਦੇ ਵਿੱਚ ਬਣਾ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਉਸ ਨੂੰ ਇੱਕ ਟੈਸਟ ਟਿਊਬ ਦੇ ਵਿੱਚ ਲੈ ਕੇ ਉਸ ਦੇ ਵਿੱਚ 10 ਡ੍ਰੌਪਸ ਕਾਪਰ ਸਲਫੇਟ ਦੇ ਪਾ ਕੇ ਤੇ ਉਸ ਤੋਂ ਬਾਅਦ ਕਾਸਟਿਕ ਸੋਡਾ ਦੇ 10 ਡ੍ਰੌਪਸ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਹੈ ਜੇਕਰ ਉਸ ਦਾ ਰੰਗ ਵਾਇਲਟ ਰੰਗ ਆਉਂਦਾ ਤਾਂ ਇਸ ਤੋਂ ਉਸ ਦੇ ਵਿੱਚ ਪ੍ਰੋਟੀਨ ਹੋਣ ਦਾ ਪਤਾ ਲੱਗ ਜਾਂਦਾ ਤੇ ਇਸੇ ਤਰ੍ਹਾਂ ਜੇਕਰ ਆਪਾਂ ਫੈਟਸ ਦੀ ਗੱਲ ਕਰੀਏ ਕਿ ਕਿਸੇ ਕਿਸੇ ਵੀ ਫੂਡ ਦੇ ਵਿੱਚ ਫੈਟਸ ਹੈਗੇ ਨੇ ਜਾਂ ਨਹੀਂ ਤਾਂ ਉਸ ਤੇ ਵੀ ਲਈ ਆਪਾਂ ਕੀ ਕਰ ਸਕਦੇ ਆ ਉਸ ਨੂੰ ਕਿਸੇ ਆਪਾਂ ਪੇਪਰ ਦੇ ਵਿੱਚ ਲਬੇਟ ਕੇ ਉਸ ਨੂੰ ਪ੍ਰੈਸ ਕਰਕੇ ਆਪਾਂ ਦੇਖ ਸਕਦੇ ਆ ਜੇਕਰ ਉਸ ਪੇਪਰ ਦੇ ਉੱਪਰ ਆਇਲੀ ਪੈਚੇਸ ਆਇਲ ਦੇ ਜਿਹੜੇ ਦਾਗ ਨੇ ਉਹ ਪੈ ਜਾਂਦੇ ਨੇ ਤਾਂ ਇਸ ਤੋਂ ਉਸ ਦੇ ਵਿੱਚ ਫੈਟ ਦੇ ਹੋਣ ਦਾ ਪਤਾ ਲੱਗ ਜਾਂਦਾ ਪਰ ਕਈ ਜਿਹੜੇ ਆਪਣੇ ਫੂਡ ਹੁੰਦੇ ਨੇ ਉਸ ਦੇ ਵਿੱਚ ਪਾਣੀ ਦੀ ਮਾਤਰਾ ਵੀ ਹੁੰਦੀ ਹੈ ਤਾਂ ਪ੍ਰੈਸ ਕਰਨ ਤੇ ਉਹਨਾਂ ਦੇ ਉੱਤੇ ਪਾਣੀ ਵੀ ਲੱਗ ਜਾਂਦਾ ਪਰ ਕੋ ਪਰ ਕਿਤੇ ਉਹ ਪਾਣੀ ਨੂੰ ਆਪਾਂ ਆਇਲ ਦੇ ਪੈਚਸ ਨਾਲ ਸਮਝ ਲਈਏ ਇਸ ਦੇ ਲਈ ਆਪਾਂ ਉਸ ਪੇਪਰ ਨੂੰ ਕੁਝ ਟਾਈਮ ਦੇ ਲਈ ਸੁਕਾ ਸੁਕਾ ਲੈਣਾ ਤੇ ਜੇਕਰ ਸੁਕਾਉਣ ਤੋਂ ਬਾਅਦ ਵੀ ਉਹ ਪੈਚਸ ਦਿਖਦੇ ਹਨ ਤਾਂ ਇਹ ਸਿਰਫ ਆਇਲ ਪੈਚਸ ਹੀ ਹਨ ਤੇ ਇਸ ਤੋਂ ਆਪਾਂ ਨੇ ਆਪਣਾ ਉਸ ਫੂਡ ਦੇ ਵਿੱਚ ਫੈਟ ਦੇ ਹੋਣ ਦਾ ਪਤਾ ਲੱਗ ਜਾਂਦਾ ਹੈ ਤੇ ਇਸ ਤੋਂ ਬਾਅਦ ਆਪਾਂ ਗੱਲ ਕਰ ਲੈਨੇ ਕਿ ਕਿਹੜੇ ਕਿਹੜੇ ਫੂਡ ਤੋਂ ਕਿਹੜਾ ਕਿਹੜੇ ਕਿਹੜੇ ਫੂਡ ਤੋਂ ਕਿਹੜੇ ਕਿਹੜੇ ਨਿਊਟ੍ਰੀਐਂਟਸ ਨੇ ਉਹ ਆਪਾਂ ਨੂੰ ਜ਼ਿਆਦਾ ਮਾਤਰਾ ਦੇ ਵਿੱਚ ਮਿਲਦੇ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਕਾਰਬੋਹਾਈਡਰੇਟਸ ਦੀ ਗੱਲ ਕਰੀਏ ਤਾਂ ਇਹ wheat, rice, ਬਾਜਰਾ, potato, sugar cane, papaya, melon, mango ਤੇ maize ਇਹਨਾਂ ਦੇ ਵਿੱਚੋਂ ਇਹ ਭਰਪੂਰ ਮਾਤਰਾ ਦੇ ਵਿੱਚ ਮਿਲ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਜੇਕਰ ਫੈਟਸ ਦੀ ਗੱਲ ਕਰੀਏ ਤਾਂ ਇਹ ਜਿਕਰ ਫੈਟਸ ਦੀ ਗੱਲ ਕਰੀਏ ਤਾਂ ਇਹ ਆਪਣੇ ਸਨਫਲਾవర్ ਆਇਲ, ਮਸਟਰਡ ਆਇਲ, ਕੋਕੋਨਟ ਆਇਲ, ਸੋਇਆਬੀਨ ਇਸ ਦੇ ਵਿੱਚੋਂ ਮਿਲ ਜਾਂਦਾ ਹੈ ਤੇ ਇਸੇ ਤਰ੍ਹਾਂ ਆਪਾਂ ਜਿਹੜੇ ਫੈਟਸ ਨੇਗੇ ਉਹ ਐਨੀਮਲ ਸੋਰਸਸ ਤੋਂ ਵੀ ਆਪਾਂ ਲੈ ਸਕਦੇ ਹਾਂ ਜਿਵੇਂ ਕਿ ਮੀਟ, ਫਿਸ਼, ਐਗ ਤੇ ਬਟਰ, ਮਿਲਕ, ghee, cream ਇਸ ਇਹ ਵੀ ਇਹਨਾਂ ਦੀਆਂ ਫਾਰਮਸ ਹਨ ਤੇ ਇਸ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹੜੇ ਪ੍ਰੋਟੀਨਸ ਨੇਗੇ ਉਹ ਵੀ ਆਪਣੇ ਪਲਾਂਟ ਤੇ ਐਨੀਮਲਸ ਦੋਵਾਂ ਤੋਂ ਮਿਲ ਜਾਂਦੇ ਹਨ ਜਿਵੇਂ ਕਿ ਗ੍ਰਾਮ, ਮੂੰਗ, ਤੁਰਦਾਲ, ਬੀਨਸ, ਸੋਇਆਬੀਨ ਤੇ ਪੀਜ਼ ਇਹਨਾਂ ਤੋਂ ਆਪਾਂ ਨੂੰ ਪ੍ਰੋਟੀਨ ਮਿਲਦਾ ਤੇ ਇਸੇ ਤਰ੍ਹਾਂ ਜਿਹੜੇ ਐਨੀਮਲਸ ਤੋਂ ਆਪਾਂ ਜੇਕਰ ਗੱਲ ਕਰੀਏ ਤਾਂ ਮੀਟ, ਫਿਸ਼, ਪਨੀਰ, ਐਗਸ, ਮਿਲਕ ਇਹਨਾਂ ਤੋਂ ਆਪਾਂ ਨੂੰ ਪ੍ਰੋਟੀਨ ਦੀ ਮਾਤਰਾ ਮਿਲਦੀ ਹੈ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਜਿਹੜੇ ਕਾਰਬੋਹਾਈਡਰੇਟਸ ਪ੍ਰੋਟੀਨ ਤੇ ਫੈਟਸ ਦੀ ਆਪਾਂ ਗੱਲ ਕਰ ਲਈਏ ਤੇ ਇਸ ਤੋਂ ਬਿਨਾ ਜਿਹੜੇ ਫੂਡ ਦੇ ਵਿੱਚ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਵਿਟਾਮਿਨਸ ਤੇ ਮਿਨਰਲਸ ਉਹਨਾਂ ਦੀ ਗੱਲ ਕਰਦੇ ਹਾਂ ਵਿਟਾਮਿਨਸ ਪੰਜ ਤਰ੍ਹਾਂ ਦੇ ਹੁੰਦੇ ਹਨ ਇਸ ਦੇ ਵਿੱਚ ਵਿਟਾਮਿਨ A C D E ਤੇ K ਨਾਮ ਦੇ ਵਿਟਾਮਿਨਸ ਹੁੰਦੇ ਹਨ ਇਸ ਤੋਂ ਬਿਨਾ ਇੱਕ ਹੋਰ ਵਿਟਾਮਿਨਸ ਦਾ ਗਰੁੱਪ ਜਿਸ ਨੂੰ ਆਪਾਂ B ਕੰਪਲੈਕਸ ਕਹਿ ਦਿੰਨੇ ਆ ਉਹ ਵੀ ਹੁੰਦਾ ਹੈ ਹੇ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਜਿਹੜੇ ਵਿਟਾਮਿਨਸ ਹੁੰਦੇ ਹਨ ਇਸ ਜਿਹੜੀ ਇਹਨਾਂ ਦੀ ਮਾਤਰਾ ਹੁੰਦੀ ਹੈ ਆਪਣੇ ਫੂਡ ਦੇ ਵਿੱਚ ਉਹ ਉਹ ਆਪਣੇ ਕਿਹੜੇ-ਕਿਹੜੇ ਕੰਮ ਆਉਂਦੇ ਹਨ ਕਿ ਆਪਾਂ ਨੇ ਸਰੀਰ ਦੇ ਵਿੱਚ ਕੀ-ਕੀ ਕੀ-ਕੀ ਇਸ ਦੇ ਨਾਲ ਬਦਲ ਜਿਵੇਂ ਕਿ ਜਿਹੜਾ ਵਿਟਾਮਿਨ A ਇਸ ਤੋਂ ਇਹ ਵਿਟਾਮਿਨ A ਤੋਂ ਆਪਣੇ ਸਕਿਨ ਤੇ ਆਈਜ਼ ਦੇ ਲਈ ਜ਼ਰੂਰੀ ਹੁੰਦਾ ਹੈ ਇਸ ਤੋਂ ਇਸ ਦੇ ਨਾਲ ਹੀ ਜਿਹੜਾ ਵਿਟਾਮਿਨ C ਹੈ ਉਹ ਆਪਣੀ ਇਮਿਊਨਿਟੀ ਸਿਸਟਮ ਦੇ ਲਈ ਜ਼ਰੂਰੀ ਹੈ ਜਿਸ ਦੇ ਨਾਲ ਆਪਾਂ ਜਿਹੜੀਆਂ ਬਿਮਾਰੀਆਂ ਨੇ ਉਸ ਦੇ ਨਾਲ ਲੜ ਸਕਦੇ ਆ ਆਪਣਾ ਅੰਦਰੂਨੀ ਜਿਹੜੇ ਸੈਲਸ ਹੁੰਦੇ ਹਨ ਤੇ ਵਿਟਾਮਿਨ D ਹੈ ਜਿਹੜਾ ਉਹ ਆਪਣੀ ਜਿਹੜੀ ਬੋਨਸ ਨੇਗੀਆਂ ਉਸ ਨੂੰ ਉਸ ਦੇ ਵਿੱਚ ਕੈਲਸ਼ੀਅਮ ਨੂੰ ਜੂਸ ਕਰਨ ਦੇ ਲਈ ਜਿਹੜੀ ਕੈਲਸ਼ੀਅਮ ਆ ਉਹ ਬੋਨਸ ਦੇ ਵਿੱਚ ਲਜਾਨ ਦੇ ਲਈ ਜਿਹੜਾ ਵਿਟਾਮਿਨ ਡੀ ਹੈ ਉਹ ਬਹੁਤ ਹੀ کارਗਰ ਸਿੱਧੂ ਹੁੰਦਾ ਹੈ ਤੇ ਇਹਨਾਂ ਦੇ ਆਪਾਂ ਸੋਰਸਸ ਦੀ ਗੱਲ ਕਰੀਏ ਤਾਂ ਵਿਟਾਮਿਨ ਏ ਪਪਾਇਆ ਕੈਰਟ ਤੇ ਮੰਗੋ ਤੋਂ ਮਿਲਦਾ ਹੈ ਮਿਲਕ ਫਿਸ਼ ਤੋਂ ਵੀ ਇਹ ਮਿਲਦਾ ਹੈ ਤੇ ਵਿਟਾਮਿਨ ਬੀ ਕੰਪਲੈਕਸ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਇਹ ਔਰੇਂਜ ਟਮੇਟੋ ਅ ਸੌਰੀ ਬੀਟ ਲੀਵਰ ਤੇ ਰਾਈਸ ਤੋਂ ਮਿਲਦਾ ਹੈ ਤੇ ਇਸੇ ਤਰ੍ਹਾਂ ਪਗਲ ਕਰੀਏ ਵਿਟਾਮਿਨ ਸੀ ਦੀ ਤਾਂ ਇਹ ਔਰੈਂਜ ਟਮੇਟੋ ਗਾਵਾ ਗਾਵਾ ਜਿਹੜਾ ਕਿ ਅਮਰੂਦ ਨੂੰ ਕਿਹਾ ਜਾਂਦਾ ਤੇ ਗ੍ਰੀਨ ਚਿਲੀ ਹਰੀ ਮਿਰਚ ਲੈਮਨ ਨਿੰਬੂ ਤੇ ਆਮਲਾ ਤੋਂ ਮਿਲਦਾ ਤੇ ਇਸ ਤੋਂ ਬਿਨਾ ਜਿਹੜਾ ਵਿਟਾਮਿਨ ਡੀ ਹੈ ਉਹ ਫਿਸ਼ ਐਗ ਲਿਵਰ ਮਿਲਕ ਬਟਰ ਇਹਨਾਂ ਚੀਜ਼ਾਂ ਤੋਂ ਮਿਲਦਾ ਤੇ ਜਿਹੜਾ ਵਿਟਾਮਿਨ ਡੀ ਹੈ ਉਹ ਆਪਾਂ ਨੂੰ ਧੁੱਪ ਤੋਂ ਵੀ ਮਿਲਦਾ ਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜਿਹੜੀ ਡਾਈਟਰੀ ਫਾਈਬਰਸ ਨੇਗੇ मिनरल्स जेडे ਆਪਾਂ ਵਿਟਾਮਿਨਸ ਦੀ ਗੱਲ ਕਰਨ ਤੋਂ ਬਾਅਦ ਇਸ ਤੋਂ ਬਾਅਦ ਆਪਾਂ ਜਿਹੜੀ ਵਿਟਾਮਿਨ मिनरल्स ਨੇਗੇ ਉਸ ਦੀ ਗੱਲ ਕਰ ਲੈਨੇ ਕਿ ਜਿਹੜੇ मिनरल्स ਨੇਗੇ ਉਹ ਆਪਾਂ ਨੂੰ ਕਿੱਥੋਂ-ਕਿੱਥੋਂ ਮਿਲਦੇ ਨੇ ਆਇਓਡੀਨ ਜਿਹੜਾ मिनरल ਹੈ ਜਿਹੜਾ ਆਪਾਂ ਨੂੰ ਗਿੰਗਰ ਜਾਂ ਪਾਲਕ ਮੱਛੀ ਇਹਨਾਂ ਚੀਜ਼ਾਂ ਤੋਂ ਮਿਲਦਾ ਤੇ ਇਸੇ ਤਰ੍ਹਾਂ ਫਾਸਫੋਰਸ मिनरल ਹੈ ਜਿਹੜਾ ਉਹ ਮਿਲਕ ਬਨਾਣਾ ਗ੍ਰੀਨ ਚੀਲੀ ਤੇ ਕਣਕ ਇੰਨਾ ਚੀਜ਼ਾਂ ਤੋਂ ਮਿਲਦਾ ਤੇ ਜਿਹੜਾ ਆਇਰਨ ਹੈ ਉਹ ਆਪਾਂ ਨੂੰ ਪਾਲਕ ਜਿਸ ਨੂੰ ਆਪਾਂ ਇੰਗਲਿਸ਼ ਵਿੱਚ ਸਪਾਈਨਿਚ ਕਹਿੰਦੇ ਆ ਤੇ ਕੱਦੂ ਤੇ ਐਪਲਸ ਤੋਂ ਮਿਲਦਾ ਹੈ ਜਿਹੜਾ ਆਪਣਾ ਕੈਲਸ਼ੀਅਮ ਹੈ ਇਹ ਮਿਲਕ ਤੇ ਐਗਸ ਤੋਂ ਮਿਲਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਹੜੇ ਡਾਈਟਰੀ ਫਾਈਬਰਸ ਨੇ ਆਪਣੇ ਫੂਡ ਦੇ ਵਿੱਚ ਉਹ ਵੀ ਪ੍ਰੈਜ਼ੈਂਟ ਹੁੰਦੇ ਨੇ ਤੇ ਉਹ ਆਪਣੇ ਸਰੀਰ ਦੇ ਵਿੱਚ ਉਸ ਨੂੰ ਆਪਾਂ ਰਫੇਜੀਜ਼ ਵੀ ਕਹਿ ਦਿੰਨੇ ਆ ਤੇ ਇਹ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਮਿਲਦਾ ਹੈ ਇਹ ਆਪਾਂ ਨੂੰ ਹੋਲ ਗ੍ਰੇਨਜ਼ ਜਿਵੇਂ ਕਿ ਜਿਹੜਾ ਆਟਾ ਜਿਹੜਾ ਜਿਹੜਾ ਆਪਣੇ ਕਣਕ ਹੁੰਦੀ ਹੈ ਕਣਕ ਦਾ ਜਿਹੜਾ ਛਿਲੜ ਹੁੰਦਾ ਹੈ ਉਸ ਤੋਂ ਆਪਾਂ ਹੋਲ ਗ੍ਰੇਨਸ ਕਹਿਣ ਨੇ ਉਹ ਵੀ ਡਾਈਟਰੀ ਫਾਈਬਰਸ ਦੀ ਇੱਕ ਫਾਰਮ ਨੇਗੇ ਇਸ ਤੋਂ ਬਨਾ ਪਲਸੀਜ਼ ਪੋਟੈਟੋਸ ਫਰੈਸ਼ ਫਰੂਟਸ ਤੇ ਵੈਜੀਟੇਬਲਸ ਨੇ ਜਿਹੜੇ ਤਾਜ਼ੇ ਉਹ ਵੀ ਏਸੇ ਦੇ ਫਾਰਮਸ ਨੇਗੀਆਂ ਤੇ ਜਿਹੜਾ ਇਹ ਡਾਈਟਰੀ ਫਾਈਬਰਸ ਨੇ ਇਹ ਆਪਣੀ ਬਾਡੀ ਦੇ ਵਿੱਚ ਜਿਹੜਾ ਅਣਪਚਿਆ ਫੂਡ ਹੁੰਦਾ ਉਸ ਨੂੰ ਬਾਹਰ ਕੱਢਣ ਦੇ ਲਈ ਵਰਤੋਂ ਵਰਤਿਆ ਜਾਂਦਾ ਤੇ ਇਸ ਤੋਂ ਬਨਾ ਜਿਹੜਾ ਵਾਟਰ ਹੈ ਵਾਟਰ ਜਿਹੜਾ ਕਿ ਆਪਣੇ ਫੂਡ ਦੇ ਵਿੱਚ ਵੀ ਪ੍ਰੈਜ਼ੈਂਟ ਹੁੰਦਾ ਤੇ ਆਪਾਂ ਉਸ ਤੋਂ ਬਿਨਾ ਆਪਾਂ ਇਨਟੇਕ ਵੀ ਲੈ ਸਕਦੇ ਜਿਹੜਾ ਕਿ ਆਪਾਂ ਵਾਟਰ ਡਰਿੰਕਿੰਗ ਦੇ ਰਾਹੀਂ ਪੀਂਨੇ ਆ ਤੇ ਜਿਹੜਾ ਇਹ ਵਾਟਰ ਹੁੰਦਾ ਗਿਆ ਇਸ ਦੇ ਨਾਲ ਆਪਣੀ ਜਿਹੜੀ ਬੋਡੀ ਦੇ ਵਿੱਚੋਂ ਜਿਹੜੀ ਅਨਵਾਂਟਡ ਜਿਵੇਂ ਕਿ ਜਿਹੜਾ ਵੇਸਟ ਹੁੰਦਾ ਯੂਰੀਨ ਜਾਂ ਸਵੇਟ ਦੇ ਰਾਹੀਂ ਪਸੀਨੇ ਦੇ ਰਾਹੀਂ ਆਪਣੇ ਸਰੀਰ ਦੇ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਤੇ ਕਿ ਐਕਟੀਵਿਟੀ ਤਿੰਨ ਦੇ ਵਿੱਚ ਇਹ ਗੱਲ ਕੀਤੀ ਹੈ ਕਿ ਜਿਹੜੇ ਵੈਜੀਟੇਬਲਸ ਤੇ ਫਰੂਟ ਹੁੰਦੇ ਹਨ ਉਹਨਾਂ ਦੇ ਵਿੱਚ ਵੀ ਪਾਣੀ ਦੀ ਮਾਤਰਾ ਹੁੰਦੀ ਹੈ ਜਦੋਂ ਆਪਾਂ ਉਹਨਾਂ ਨੂੰ ਕੱਟ ਕੇ ਦੇਖਦੇ ਹਾਂ ਤਾਂ ਉਹਨਾਂ ਦੇ ਵਿੱਚੋਂ ਜਿਹੜੀ ਆਪਣੀ ਕਰਦੇ ਜਿਸ ਦੇ ਨਾਲ ਕੱਟਦੇ ਆ ਉਹ ਗਿੱਲੀ ਹੋ ਜਾਂਦੀ ਹੈ ਮਤਲਬ ਕਿ ਉਹ ਵੀ ਉਸ ਦੇ ਵਿੱਚ ਵੀ ਪਾਣੀ ਦੀ ਮਾਤਰਾ ਹੁੰਦੀ ਹੈ ਇਸ ਕਰਕੇ ਆਪਾਂ ਕਈ ਵਾਰ ਫੂਡ ਨੂੰ ਪਕਾਉਣ ਦੇ ਲਈ ਪਾਣੀ ਬਿਨਾ ਪਾਣੀ ਦੀ ਵਰਤੋਂ ਕੀਤੇ ਵੀ ਆਪਾਂ ਉਸ ਨੂੰ ਪਕਾ ਸਕਦੇ ਹਾਂ ਕਿਉਂਕਿ ਉਸ ਦੇ ਵਿੱਚ ਆਲਰੇਡੀ ਪਾਣੀ ਪ੍ਰੈਜ਼ੈਂਟ ਹੁੰਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਬੈਲੈਂਸਡ ਡਾਈਟ ਡਾਈਟ ਦੀ ਕਿ ਕਿਹੜੀ ਡਾਈਟ ਬੈਲੈਂਸਡ ਡਾਈਟ ਹੁੰਦੀ ਹੈ ਜਿਸ ਦੇ ਵਿੱਚ ਸਾਰੇ ਦੇ ਸਾਰੇ ਨਿਊਟ੍ਰੀਐਂਟਸ ਵਿਟਾਮਿਨਸ ਤੇ ਮਿਨਰਲਸ ਸਹੀ ਮਾਤਰਾ ਦੇ ਵਿੱਚ ਮਿਲਣ ਉਸ ਨੂੰ ਆਪਾਂ ਬੈਲੈਂਸ ਬੈਲੈਂਸਡ ਡਾਈਟ ਕਹਿੰਦੇ ਆ ਤੇ ਜਿਹੜਾ ਖਾਣਾ ਉਹ ਸਹੀ ਤਰੀਕੇ ਦੇ ਨਾਲ ਪੱਕਿਆ ਹੋਣਾ ਚਾਹੀਦਾ ਤੇ ਉਸ ਦੇ ਵਿੱਚ ਪਾਣੀ ਦੀ ਮਾਤਰਾ ਜਿਹੜੀ ਉਹ ਵੀ ਸਹੀ ਹੋਣੀ ਚਾਹੀਦੀ ਹੈ ਤੇ ਇਸ ਤਰੀਕੇ ਦੇ ਨਾਲ ਆਪਾਂ ਬੈਲੈਂਸਡ ਡਾਈਟ ਹੈ ਜਿਹੜੀ ਉਸ ਨੂੰ ਆਪਾਂ ਲੈ ਸਕਦੇ ਆ ਤੇ ਹੁਣ ਆਪਾਂ ਗੱਲ ਕਰ ਲੈਨੇ ਜੇਕਰ ਆਪਾਂ ਜਿਹੜੇ ਇਹ ਬਿਟ ਜੇਕਰ ਇਹ ਆਪਾਂ ਜਿਆਦਾ ਮਾਤਰਾ ਦੇ ਵਿੱਚ ਲਿਮਟ ਤੋਂ ਜ਼ਿਆਦਾ ਲੈਨੇ ਆ ਤਾਂ ਉਸ ਦੇ ਨਾਲ ਆਪ ਨੂੰ ਕੀ ਨੁਕਸਾਨ ਹੁੰਦੇ ਆ ਜਿਵੇਂ ਕਿ ਆਪਾਂ ਫੈਟਸ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਸਭ ਤੋਂ ਪਹਿਲਾਂ ਤਾਂ ਆਪਾਂ ਕਾਰਬੋਹਾਈਡਰੇਟਸ ਪ੍ਰੋਟੀਨਸ ਤੇ ਫੈਟਸ ਨੇ ਜਿਹੜੇ ਇਹਨਾਂ ਦੇ ਆਪਣੇ ਸਰੀਰ ਦੇ ਵਿੱਚ ਕੰਮ ਕੀ ਨੇ ਆਪਾਂ ਇਸ ਦੇ ਬਾਰੇ ਜਾਣ ਲੈਣੇ ਨੇ ਜਿਹੜੇ ਕਾਰਬੋਹਾਈਡਰੇਟਸ ਐਸ ਦੇ ਨਾਲ ਆਪਾਂ ਨੂੰ એનર્ਜੀ ਮਿਲਦੀ ਹੈ ਤੇ ਜਿਹੜੇ ਫੈਟਸ ਨੇਗੇ ਇਸ ਦੇ ਨਾਲ ਆਪਾਂ ਨੂੰ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ એનર્ਜੀ ਮਿਲਦੀ ਹੈ ਮਤਲਬ ਕਿ ਕਾਰਬੋਹਾਈਡਰੇਟਸ ਦੇ ਨਾਲੋਂ ਵੀ ਜ਼ਿਆਦਾ એનર્ਜੀ ਫੈਟਸ ਤੋਂ ਮਿਲਦੀ ਹੈ ਤੇ ਜੇਕਰ ਆਪਾਂ ਪ੍ਰੋਟੀਨ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਆਪਣੀ ਜਿਹੜੇ ਮਸਲਸ ਨੇ ਉਹ ਗਰੋ ਕਰਦੇ ਨੇ ਤੇ ਆਪਣੀ ਬੋਡੀ ਦੇ ਜਿਹੜੇ ਟਿਸ਼ੂਜ਼ ਨੇ ਉਹ ਰਿਪੇਅਰ ਹੁੰਦੇ ਨੇ ਤੇ ਹੁਣ ਆਪਾਂ ਜੇਕਰ ਗੱਲ ਕਰਦੇ ਆ ਕਿ ਜਿਹੜੇ ਫੈਟਸ ਜੇਕਰ ਆਪਾਂ ਮਾਤਰਾ ਜਿਹੜੀ ਜਿੰਨੀ ਲੈਣੀ ਚਾਹੀਦੀ ਉਸ ਤੋਂ ਵੱਧ ਲਈਏ ਤਾਂ ਉਸ ਦੇ ਨਾਲ ਆਪਣੀ ਜਿਹੜੀ એનર્ਜੀ ਹੈ ਜੇਕਰ ਆਪਾਂ ਫਿਜ਼ੀਕਲ ਵਰਕ ਘੱਟ ਕਰ ਰਹੇ ਆਂ ਪਰ ਆਪਾਂ ਫੈਟਸ ਜ਼ਿਆਦਾ ਲੈ ਰਹੇ ਆਂ ਤਾਂ ਉਹ ਫੈਟ ਆਪਣੇ ਅੰਦਰ ਸਟੋਰ ਹੋ ਜਾਵੇਗੀ ਕਿਤੇ ਨਾ ਕਿਤੇ ਤੇ ਆਪਾਂ ਜਿਹੜੇ ਮੋਟਾਪੇ ਦਾ ਮੋਟਾਪੇ ਦਾ ਸ਼ਿਕਾਰ ਹੋ ਜਾਵਾਂਗੇ ਤੇ ਇਸ ਨੂੰ ਇੰਗਲਿਸ਼ ਦੇ ਵਿੱਚ ਮੋਟਾਪੇ ਨੂੰ obesidad ਕਹਿੰਦੇ ਹਨ ਤੇ ਇਸ ਦੇ ਹੁਣ ਬਾਦੇ ਦੇ ਨੁਕਸਾਨ ਤਾਂ ਆਪਾਂ ਨੇ ਦੇਖ ਲਈ ਹਨ ਤੇ ਹੁਣ ਆਪਾਂ ਜੇਕਰ ਡੈਫੀਸ਼ੈਂਸੀ ਹੋਵੇ ਇਹਨਾਂ ਦੀ ਸਾਰੇ ਜਿਹੜੇ ਵਿਟਾਮਿਨਸ ਮਿਨਰਲਸ ਇਹਨਾਂ ਦੀ ਡੈਫੀਸ਼ੈਂਸੀ ਜੇਕਰ ਹੋਵੇ ਤਾਂ ਇਸ ਦੇ ਕੀ ਨੁਕਸਾਨ ਹਨ ਉਸ ਦੇ ਨਾਲ ਆਪਣੀ ਆਪਾਂ ਨੂੰ ਡੈਫੀਸ਼ੀਐਂਸੀ ਡਿਸੀਜ਼ ਹੋ ਜਾਂਦੀਆਂ ਨੇ ਜਿਵੇਂ ਕਿ ਹੁਣ ਆਪਾਂ نیچے ਇਕੱਲੇ ਇਕੱਲੀ ਚੀਜ਼ ਦੀ ਆਪਾਂ ਗੱਲ ਕਰਾਂਗੇ ਜੇਕਰ ਇਹ ਜੇਕਰ ਕੋਈ ਵਿਟਾਮਿਨ ਕੱਟ ਜਾਂਦਾ ਤੇ ਉਸ ਦੇ ਨਾਲ ਆਪਾਂ ਨੂੰ ਕਿਹੜੀ ਕਿਹੜੀ ਬਿਮਾਰੀ ਹੁੰਦੀ ਹੈ ਜੇਕਰ ਕਾਰਬੋਹਾਈਡਰੇਟਸ ਘਟੁੰਦੇ ਹਨ ਤਾਂ ਉਸ ਦੇ ਨਾਲ ਆਪਾਂ ਨੂੰ ਕਿਹੜੀ ਬਿਮਾਰੀ ਹੁੰਦੀ ਹੈ ਸਭ ਤੋਂ ਪਹਿਲਾਂ ਆਪਾਂ ਪ੍ਰੋਟੀਨ ਦੀ ਗੱਲ ਕਰਦੇ ਹਾਂ ਜੇਕਰ ਪ੍ਰੋਟੀਨ ਆਪਣੇ ਸਰੀਰ ਦੇ ਵਿੱਚ ਘੱਟ ਹੁੰਦਾ ਤੇ ਉਸ ਦੇ ਨਾਲ ਆਪਣੀ ਗਰੋਥ ਘਟ ਜਾਂਦੀ ਹੈ ਤੇ ਆਪਣੇ ਫੇਸ ਆ ਜਿਹੜਾ ਉਹ ਸਵੇਲਿੰਗ ਹੋ ਜਾਂਦੀ ਹੈ ਤੇ ਆਪਣੇ హెਅਰ ਹੈਅਰਸ ਤੇ ਸਕਿਨ ਡਿਸੀजेस ਦੀਆਂ ਪ੍ਰੋਬਲਮਸ ਆ ਜਾਂਦੀਆਂ ਨੇ ਤੇ ਇਸ ਦੇ ਨਾਲ ਡਾਇਰੀਆ ਵੀ ਹੋ ਸਕਦਾ ਹੈ ਆਪਾਂ ਨੂੰ ਤੇ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜਿਕਰ ਕਾਰਬੋਹਾਈਡਰੇਟਸ ਤੇ ਫੈਟਸ ਨੇ ਜਿਹੜੇ ਉਹ ਘੱਟ ਮਾਤਰਾ ਦੇ ਵਿੱਚ ਲਈ ਜਾਂ ਤਾਂ ਉਸ ਦੇ ਨਾਲ ਆਪਣੀ ਗ੍ਰੋਥ ਹੈ ਜਿਹੜੀ ਬਿਲਕੁਲ ਬੰਦ ਹੋ ਸਕਦੀ ਏ ਤੇ ਇਨਸਾਨ ਹੈ ਜਿਹੜਾ ਉਹ ਬਿਲਕੁਲ ਪਤਲਾ ਜਿਹਾ ਹੋ ਜਾਵੇਗਾ ਤੇ ਉਸ ਨੂੰ ਇੰਨੀ ਵੀਕਨੈਸ ਪੈ ਜਾਵੇਗੀ ਕਿ ਉਹ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਜਾ ਵੀ ਨਹੀਂ ਸਕੇਗਾ ਤੇ ਇਸੇ ਤਰ੍ਹਾਂ ਆਪਾਂ ਵਿਟਾਮਿਨਸ ਤੇ ਮਿਨਰਲਸ ਦੀ ਗੱਲ ਕਰੀਏ ਕਿ ਵਿਟਾਮਿਨਸ ਦੀ ਕਾਰਨਲ ਕੀ ਆਪਾਂ ਨੂੰ ਬਿਮਾਰੀਆਂ ਹੋ ਸਕਦੀਆਂ ਤਾਂ ਵਿਟਾਮਿਨ ਏ ਦੀ ਘਾਟ ਦੇ ਨਾਲ ਆਪਣੀ ਜਿਹੜੀਆਂ ਨਿਗਾ ਆਪਣੀ ਨਿਗਾ ਘਟ ਸਕਦੀ ਹੈ ਲਾਸ ਆਫ ਵਿਜ਼ਨ ਹੋ ਸਕਦਾ ਹੈ ਇਸ ਤੋਂ ਇਸ ਦੇ ਨਾਲ ਜਿਹੜਾ ਵਿਟਾਮਿਨ ਬੀ 1 ਜਿਹੜਾ ਕਿ ਵਿਟਾਮਿਨ ਬੀ ਕੰਪਲੈਕਸ ਦਾ ਇੱਕ ਹਿੱਸਾ ਹੈ ਉਸ ਦੇ ਨਾਲ ਉਸ ਦੀ ਘਾਟ ਦੇ ਨਾਲ ਆਪਾਂ ਨੂੰ 베ਰੀ 베ਰੀ ਡਿਸੀਜ਼ ਹੋ ਸਕਦੀ ਹੈ ਜਿਹੜੀ ਕਿ ਆਪਾਂ ਨੇ ਮਸਲਸ ਨੇ ਉਹ ਬੀ ਵੀਕ ਹੋ ਜਾਂਦੇ ਹਨ ਜਿਹੜੇ ਵਿਟਾਮਿਨ ਸੀ ਹੈ ਇਸ ਨਾਲ ਸਕਰਵੀ ਦੀ ਡਿਸੀਜ਼ ਹੋ ਜਾਂਦੀ ਹੈ ਤੇ ਇਸ ਡਿਸੀਜ਼ ਦੇ ਨਾਲ ਆਪਣੇ ਜਿਹੜੇ ਗਮਸਨੇਗੇ ਆਪਣੇ ਜਿਹੜੇ ਜਵਾੜੇ ਨੇ ਉਹਨਾਂ ਦੇ ਵਿੱਚ ਖੂਨ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਵਿਟਾਮਿਨ ਡੀ ਦੀ ਘਾਟ ਦੇ ਨਾਲ ਰਿਕਟਸ ਪ੍ਰੋਬਲਮ ਹੋ ਜਾਂਦੀ ਹੈ ਤੇ ਜਿਹੜੀਆਂ ਆਪਣੇ ਬੋਨਸ ਨੇਗੀਆਂ ਉਹ ਸੌਫਟ ਹੋ ਜਾਂਦੀਆਂ ਨੇ ਤੇ ਆਸਾਨੀ ਦੇ ਨਾਲ ਬੈਂਟ ਹੋ ਜਾਂਦੀਆਂ ਹਨ ਵਿਟਾਮਿਨ ਡੀ ਦੀ ਘਾਟ ਦੇ ਨਾਲ ਆਪਾਂ ਪਹਿਲਾਂ ਵੀ ਉੱਪਰ ਪੜਿਆ ਕਿ ਵਿਟਾਮਿਨ ਡੀ ਹੈ ਜਿਹੜਾ ਆਪਣੇ ਬੋਨਸ ਦੇ ਲਈ ਜ਼ਰੂਰੀ ਹੁੰਦਾ ਹੈ ਤੇ ਕੈਲਸ਼ੀਅਮ ਹੈ ਜਿਹੜਾ ਕੈਲਸ਼ੀਅਮ ਤੋਂ ਹੀ ਬੋਨਸ ਬਣਦੀਆਂ ਨੇ ਤੇ ਇਸ ਦੇ ਨਾਲ ਵੀ ਆਪਣੇ ਬੋਨਸ ਨੇ ਜਿਹੜੀਆਂ ਤੇ ਤੋਥਾ ਉਹ ਡਿਕੇ ਅਹ ਦੰਦ ਨੇ ਜਿਹੜੇ ਓਡੀਕੇ ਹੋ ਸਕਦੇ ਨੇ ਤੇ ਬੂਨਜ਼ ਨੇ ਵੀਕ ਹੋ ਸਕਦੀਆਂ ਨੇ ਆਇਓਡੀਨ ਹੈ ਜਿਹੜਾ ਉਸ ਦੇ ਇਸ ਦੀ ਕਾਰਨ ਦੇ ਨਾਲ ਗਾਇਟਰ ਡਿਸੀਜ਼ ਹੋ ਸਕਦੀ ਹੈ ਜਿਹੜਾ ਕਿ ਆਪਣੇ ਗਰਦਨ ਦੀਆਂ ਗਲੇ ਦੀਆਂ ਜਿਹੜੀਆਂ ਨਾੜਾਂ ਨੇਗੀਆਂ ਉਹ ਸੁੱਜ ਜਾਂਦੀਆਂ ਹਨ ਇਸ ਦੀ ਘਾਟ ਦੇ ਨਾਲ ਆਇਓਡੀਨ ਦੀ ਘਾਟ ਦੇ ਨਾਲ ਆਇਓਡੀਨ ਹੈ ਜਿਹੜਾ ਇਹ ਆਪਾਂ ਨੂੰ ਨਮਕ ਦੇ ਵਿੱਚੋਂ ਨਮਕ ਦੇ ਵਿੱਚੋਂ ਮਿਲਦਾ ਹੈ ਤੇ ਜੇਕਰ ਆਇਰਨ ਦੀ ਘਾਟ ਪਿਆ ਜਾਵੇ ਤਾਂ ਇਸ ਦੇ ਨਾਲ ਅਨੀਮੀਆ ਹੋ ਸਕਦਾ ਹੈ ਜਿਹੜਾ ਕਿ ਆਪਾਂ ਨੂੰ ਵੀਕ ਕਰ ਸਕਦਾ ਹੈ ਹੁਣ ਆਪਾਂ ਜਿਹੜਾ ਸਾਰਾ ਚੈਪਟਰ ਪੜ ਲਿਆ ਉਸ ਨੂੰ ਆਪਾਂ ਕੀਵਰਡਸ ਦੇ ਜਰੀਏ ਆਪਾਂ ਉਸ ਨੂੰ ਰੀਕੈਪ ਕਰ ਲੈਨੇ ਆਂ ਸਭ ਤੋਂ ਪਹਿਲਾਂ ਬੈਲੈਂਸਡ ਡਾਈਟ ਆਪਾਂ ਨੇ ਕੀ ਪੜ੍ਹੀ ਹੈ ਜਿਸ ਦੇ ਵਿੱਚ ਆਪਾਂ ਨੂੰ ਸਾਰੇ ਨਿਊਟ੍ਰੀਐਂਟਸ ਵਿਟਾਮਿਨਸ ਤੇ ਮਿਨਰਲਸ ਆਪਾਂ ਨੂੰ ਸਹੀ ਮਾਤਰਾ ਦੇ ਵਿੱਚ ਮਿਲਣ ਤੇ ਆਪਣਾ ਜਿਹੜਾ ਖਾਣਾ ਉਹ ਸਹੀ ਤਰ੍ਹਾਂ ਪੱਕਿਆ ਹੋਇਆ ਹੋਵੇ ਤੇ ਸਹੀ ਤਰ੍ਹਾਂ ਬਣਾਇਆ ਹੋਇਆ ਹੋਵੇ ਉਸ ਨੂੰ ਆਪਾਂ ਬੈਲੈਂਸਡ ਡਾਈਟ ਕਹਿੰਦੇ ਆ ਤੇ 베ਰੀ 베ਰੀ ਡਿਸੀਜ਼ ਆਪਾਂ ਨੇ ਪੜ੍ਹ ਲਈਏ ਕਿ ਵਿਟਾਮਿਨ ਬੀ ਦੀ ਘਾਟ ਦੇ ਨਾਲ ਬੀ ਕੰਪਲੈਕਸ ਦੀ ਘਾਟ ਨਾਲ ਆਪ ਨੂੰ 베ਰੀ 베ਰੀ ਡਿਸੀਜ਼ ਹੋ ਜਾਂਦੀ ਹੈ ਜਿਸ ਦੇ ਕਰਕੇ ਆਪਣੇ ਮਸਲ ਨੇ ਜਿਹੜੇ ਉਹ ਵੀਕ ਹੋ ਜਾਂਦੇ ਹਨ ਕਾਰਬੋਹਾਈਡਰੇਟਸ ਆਪਾਂ ਪੜ੍ਹ ਲਿਆ ਹੈ ਕੀ ਕਾਰਬੋਹਾਈਡਰੇਟਸ ਆਪਾਨੂੰ એનર્ਜੀ ਦੇ ਲਈ ਜਰੂਰੀ ਹੁੰਦਾ ਹੈ ਤੇ ਇਹ ਇੱਕ ਨਿਊਟ੍ਰੀਐਂਟਸ ਦੀ ਇੱਕ ਟਾਈਪ ਹੈ ਤੇ એનર્ਜੀ ਦੇ ਬਾਰੇ ਆਪਾਂ ਪੜ ਲਿਆ ਕਿ ਜਿਹੜੇ ਕਾਰਬੋਹਾਈਡਰੇਟਸ ਤੇ ਫੈਟਸ ਨੇ ਇਹਨਾਂ ਤੋਂ ਆਪਾਂ ਨੂੰ એનર્ਜੀ ਮਿਲਦੀ ਹੈ એનર્ਜੀ ਜਿਹੜੀ ਕਿ ਆਪਣੇ ਰੋਜ਼ਮਰਾ ਦੇ ਕੰਮਾਂ ਦੇ ਵਿੱਚ ਚੂਜ਼ ਕੀਤੀ ਜਾਂਦੀ ਹੈ ਜਾਂ ਕੋਈ ਫਿਜ਼ੀਕਲ ਵਰਕ ਆਪਾਂ ਕਰਦੇ ਆ ਉਦੋਂ ਵੀ એનર્ਜੀ ਦੀ ਲੋੜ ਪੈਂਦੀ ਹੈ ਜੇਕਰ ਆਪਾਂ ਮੈਂਟਲ ਕੰਮ ਕਰਦੇ ਆ ਉਸ ਦੇ ਲਈ ਵੀ ਆਪਾਂ ਨੂੰ એનર્ਜੀ ਦੀ ਲੋੜ ਪੈਂਦੀ ਹੈ ਤੇ ਫੈਟਸ ਨੇ ਜਿਹੜੇ ਇਹ ਵੀ ਇੱਕ એનર્ਜੀ ਦਾ ਹੀ ਫਾਰਮ ਨੇ એનર્ਜੀ ਹੀ ਦੰਦੇ ਨੇ ਆਪ ਇਨਸਾਨ ਨੂੰ ਤੇ ਮਿਨਰਲਸ ਨੇ ਜਿਹੜੇ ਮਿਨਰਲਸ ਜਿਵੇਂ ਕਿ ਆਪਣੇ ਆਇਓਡੀਨ ਕੈਲਸ਼ੀਅਮ ਆਇਰਨ ਇਹਨਾਂ ਦੀ ਘਾਟ ਦੇ ਨਾਲ ਜਿਹੜੀਆਂ ਜਿਹੜੀਆਂ ਡਿਸੀਜ਼ ਹੁੰਦੀਆਂ ਨੇ ਉਹ ਆਪਾਂ ਨੇ ਦੇਖ ਲਈਆਂ ਤੇ ਇਹ ਕਿੱਥੋਂ ਕਿੱਥੋਂ ਮਿਲਦਾ ਹੈ ਉਹ ਵੀ ਆਪਾਂ ਉੱਪਰ ਪੜ ਚੁੱਕੇ ਹਾਂ ਕਿ ਇਸ ਦੇ ਸੋਰਸਿਸ ਕਿਹੜੇ-ਕਿਹੜੇ ਹਨ ਨਿਊਟ੍ਰੀਐਂਟਸ ਨਿਊਟ੍ਰੀਐਂਟਸ ਆਪਾਂ ਨੇ ਪੜ ਲਏ ਕਿ ਕਾਰਬੋਹਾਈਡਰੇਟਸ ਪ੍ਰੋਟੀਨਸ ਤੇ ਫੈਟਸ ਨੇ ਜਿਹੜੀ ਇੱਕ ਨਿਊਟ੍ਰੀਐਂਟਸ ਦੀ ਟਾਈਪਸ ਨੇਗੀਆਂ ਤੇ ਪ੍ਰੋਟੀਨਸ ਪ੍ਰੋਟੀਨਸ ਵੀ ਨਿਊਟ੍ਰੀਐਂਟਸ ਦੀ ਹੀ ਟਾਈਪਸ ਨੇ ਤੇ ਪ੍ਰੋਟੀਨ ਦੇ ਨਾਲ ਆਪਾਂ ਨੇ ਮਸਲ ਬਿਲਡ ਅਪ ਹੁੰਦੇ ਨੇ ਤੇ ਇਸ ਦੇ ਨਾਲ ਗਰੋਥ ਜਿਹੜੀ ਆਪਣੀ ਉਹ ਵੱਧ ਵੱਧ ਹੁੰਦੀ ਹੈ ਰਫੀ ਜੀਜ਼ ਰਫੀ ਜੀਜ਼ ਨੇ ਜਿਹੜੇ ਆਪਣੇ ਡਾਈਟਰੀ ਫਾਈਬਰਸ ਨੇਗੇ ਜਿਵੇਂ ਕਿ ਸੈਲਡ ਹੋ ਗਿਆ ਜਾਂ ਫਿਰ ਜਿਹੜਾ ਕਣਕ ਦਾ ਛੇਲੜ ਜਿਹਨੂੰ ਆਪਾਂ ਸਾਂਸ ਕਹਿੰਦੇ ਨੇ ਪੰਜਾਬੀ ਦੇ ਵਿੱਚ ਉਹ ਜਿਹੜਾ ਕਿ ਆਪਣੇ ਜਦੋਂ ਆਪਾਂ ਖਾਂਦੇ ਆ ਤਾਂ ਇਸ ਦੇ ਨਾਲ ਜਿਹੜਾ ਆਪਣਾ ਅੰਡਾਈਜੈਸਟਿਡ ਫੂਡ ਹੈ ਉਸ ਨੂੰ ਬਾਹਰ ਨਿਕਲਣ ਦੇ ਵਿੱਚ ਮਦਦ ਕਰਦੇ ਨੇ ਰਫੀ ਜੀਜ਼ ਜਿਸ ਦੇ ਨਾਲ ਆਪਾਂ ਨੂੰ ਕਬਜੀ ਵਗੈਰਾ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਨਹੀਂ ਆਉਂਦੀਆਂ ਜੇਕਰ ਆਪਾਂ ਰਫੀਜਸ ਵਧੀਆ ਮਾਤਰਾ ਦੇ ਵਿੱਚ ਖਾਣੇ ਆ ਸਕਰਵੀਆ ਜਿਹੜੀ ਉਹ ਡਿਸੀਜ਼ ਹੈ ਆਪਾਂ ਵਿਟਾਮਿਨ ਸੀ ਦੀ ਘਾਟ ਦੇ ਕਰਕੇ ਪੜ ਚੁੱਕੇ ਹਾਂ ਪਹਿਲਾਂ ਤੇ ਸਟਾਰਚ ਜਿਹੜੀ ਇੱਕ ਕਾਰਬੋਹਾਈਡਰੇਟਸ ਦੀ ਹੀ ਫਾਰਮ ਹੈ ਤੇ ਸਟਾਰਚ ਜਿਹੜੀ ਉਸ ਦਾ ਟੈਸਟ ਵੀ ਆਪਾਂ ਕਰ ਚੁੱਕੇ ਹਾਂ ਕਿ ਇਸ ਤਰ੍ਹਾਂ ਟੈਸਟ ਕਰਕੇ ਆਪਾਂ ਪਤਾ ਕਰ ਸਕਦੇ ਹਾਂ ਕਿ ਸਟਾਰਚ ਕਿਸੇ ਫੂਡ ਦੇ ਵਿੱਚ ਹੈ ਜਾਂ ਨਹੀਂ ਵਿਟਾਮਿਨਸ ਆਪਾਂ ਪੜ ਚੁੱਕੇ ਹਾਂ ਕਿ ਪੰਜ ਤਰ੍ਹਾਂ ਦੇ ਵਿਟਾਮਿਨਸ ਨੇ ਵਿਟਾਮਿਨ A C D E ਤੇ K ਤੇ ਇਸ ਤੋਂ ਬਿਨਾ ਵਿਟਾਮਿਨ B ਕੰਪਲੈਕਸ ਇੱਕ ਗਰੁੱਪ ਹੈ ਆਪਾਂ ਜਿਹੜਾ ਸਾਰੇ ਦਾ ਸਾਰਾ ਚੈਪਟਰ ਆਪਾਂ ਇੱਕ ਵਾਰ ਪੜ ਕੇ ਉਸ ਨੂੰ ਰੀਕੈਪ ਕਰ ਲਿਆ ਤੇ ਜੇਕਰ ਤੁਹਾਨੂੰ ਆਪਣੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤੇ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਆਪਾਂ ਨੂੰ ਆਪਣੇ ਸੁਝਾਈਸਨਸ ਵੀ ਜਰੂਰ ਦੇਣਾ ਸੋ ਮੈਨੂੰ ਆਸ ਹੈ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੋਵੇਗੀ ਸੋ ਸਸ਼ੀਕਾਲ ਦੋਸਤੋ